ਕਿ ਦੇਸ਼ ਦੀ ਜਿਹੜੀ ਰਾਜਨੀਤੀ ਹੈ ਉਹ ਬਹੁਤ ਗੰਦੀ ਹੋ ਗਈ। ਅੱਜ 5 ਬੰਦਿਆਂ ਦੇ ਕੋਲ 50 ਕਰੋੜ ਲੋਕਾਂ ਦੇ ਬਰਾਬਰ ਪ੍ਰੋਪਰਟੀ ਹੋ ਗਈ ਹੈ, ਅਤੇ ਇਸ ਗੰਦੀ ਰਾਜਨੀਤੀ ਨੂੰ ਜਿਹੜਾ ਹੈ ਉਹ ਸ਼ੁੱਧ ਕਰਨਾ ਪਵੇਗਾ, ਅਤੇ ਸ਼ੁੱਧ ਜਿਹੜਾ ਆਪਾਂ ਸਾਰਿਆਂ ਮਿਲ ਕੇ ਹੀ ਕਰਨਾ। 23 ਕਰੋੜ ਲੋਕ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ 2 ਟਾਈਮ ਦੀ ਰੋਟੀ ਨਹੀਂ ਮਿਲਦੀ। ਇਹ ਆਪਣੇ ਤੇ ਗੁਰੂਆਂ ਨੇ ਲੰਗਰ ਲਾਏ ਨੇ ਵੀ ਰੋਟੀ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ। ਜਿਹੜੀ ਅੱਜ ਦਾ ਜਿਹੜਾ ਮੇਨ ਮਕਸਦ ਸੀ ਕਿ ਦੇਸ਼ ਦੀ ਜਿਹੜੀ ਰਾਜਨੀਤੀ ਹੈ ਉਹ ਬਹੁਤ ਗੰਦੀ ਹੋ ਗਈ ਹੈ। ਰਾਜਨੀਤੀ ਵਪਾਰ ਬਣ ਗਿਆ ਹੈ, ਪੈਸੇ ਤੋਂ ਰਾਜਨੀਤੀ ਖਰੀਦਦੇ ਨੇ, ਫਿਰ ਰਾਜਨੀਤੀ ਤੋਂ ਪੈਸਾ ਕਮਾਉਂਦੇ ਨੇ। ਪੂਰਾ ਦੇਸ਼ ਦਾ ਜਿਹੜਾ ਕਾਰੋਬਾਰ, ਪੂਰੇ ਦੇਸ਼ ਦੀ ਪ੍ਰੋਪਰਟੀ, ਇਹ ਸਾਰਾ ਪੂਰੇ ਦੇਸ਼ ਦਾ ਪੈਸਾ ਇਹ ਚੰਦ ਪੂੰਜੀਪਤੀਆਂ ਕੋਲ ਚਲਾ ਗਿਆ ਹੈ। ਅੱਜ 5 ਬੰਦਿਆਂ ਦੇ ਕੋਲ 50 ਕਰੋੜ ਲੋਕਾਂ ਦੇ ਬਰਾਬਰ ਪ੍ਰੋਪਰਟੀ ਹੋ ਗਈ ਹੈ, ਅਤੇ ਇਸ ਗੰਦੀ ਰਾਜਨੀਤੀ ਨੂੰ ਜਿਹੜਾ ਹੈ ਉਹ ਸ਼ੁੱਧ ਕਰਨਾ ਪਵੇਗਾ, ਅਤੇ ਸ਼ੁੱਧ ਜਿਹੜਾ ਆਪਾਂ ਸਾਰਿਆਂ ਮਿਲ ਕੇ ਹੀ ਕਰਨਾ। ਅਤੇ ਇਸ ਕਰਕੇ ਅਸੀਂ ਪਾਰਟੀ ਬਣਾਈ ਹੈ, ਸੰਯੁਕਤ ਸੰਘਰਸ਼ ਪਾਰਟੀ। ਵੈਸੇ ਤਾਂ ਪਿੱਛੇ ਪੰਜਾਬ ਜਿਹੜਾ ਇਲੈਕਸ਼ਨ ਹੋਇਆ ਸੀ ਉਹਦੇ 'ਚ ਅਸੀਂ ਬਣਾਈ ਸੀ, 10 ਸੀਟਾਂ 'ਤੇ ਲੜੇ ਸੀ, ਪਰ ਉਦੋਂ ਬਾਅਦ ਫਿਰ ਘਮਠੰਡਾ ਪੈ ਗਿਆ ਸੀ। ਹੁਣ ਜਿਹੜਾ ਹਰਿਆਣੇ ਦਾ ਇਲੈਕਸ਼ਨ ਆ ਰਿਹਾ ਉਹਦੀ ਅਸੀਂ ਤਿਆਰੀ ਕਰਨੀ ਹੈ, ਸਾਰੀ ਸੀਟਾਂ 'ਤੇ ਅਸੀਂ ਬੰਦੇ ਖੜਾਉਣੇ ਨੇ। ਸਾਡਾ ਮਤਲਬ ਹੈ ਰਾਜਨੀਤੀ ਨੂੰ ਸ਼ੁੱਧ ਕਰਨਾ ਇੱਕ ਧਰਮ ਯੁੱਧ ਹੈ, ਕਿਉਂਕਿ ਗਰੀਬ ਹੋਰ ਗਰੀਬ ਹੋ ਰਿਹਾ, ਭੁੱਖਾ ਮਰ ਰਿਹਾ। ਅੱਜ 23 ਕਰੋੜ ਲੋਕ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ 2 ਟਾਈਮ ਦੀ ਰੋਟੀ ਨਹੀਂ ਮਿਲਦੀ, ਅਤੇ ਆਪਣੇ ਤੇ ਗੁਰੂਆਂ ਨੇ ਲੰਗਰ ਲਾਏ ਨੇ ਵੀ ਰੋਟੀ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ। ਜਿਹੜੀ ਜਗ੍ਹਾ 'ਤੇ ਆਪਾਂ ਖੜ੍ਹੇ ਹਾਂ, ਬੜੇ ਲੋਕ ਕਹਿੰਦੇ ਨੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਜਿਹੜੀ ਜਗ੍ਹਾ 'ਤੇ ਆਪਾਂ ਖੜ੍ਹੇ ਹਾਂ ਹਰਿਮੰਦਰ ਸਾਹਿਬ ਦੇ ਵਿੱਚ, ਇੱਥੇ ਹਰਿਮੰਦਰ ਸਾਹਿਬ ਦੇ ਸਾਹਮਣੇ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਹੈ, ਦੋ ਨਿਸ਼ਾਨ ਸਾਹਿਬ ਲੱਗੇ ਨੇ, ਇੱਕ ਰਾਜਨੀਤੀ ਦਾ, ਇੱਕ ਧਰਮ ਦਾ। ਅਤੇ ਸਾਡੇ ਗੁਰੂਆਂ ਨੇ ਕਿਹਾ ਹੈ ਕਿ ਰਾਜ ਬਿਨਾਂ ਨਾ ਧਰਮ ਚੱਲੇ, ਅਤੇ ਇਸ ਕਰਕੇ ਜੇ ਰਾਜਨੀਤੀ ਨੂੰ ਸ਼ੁੱਧ ਕਰਨਾ ਹੈ ਤਾਂ ਫਿਰ ਜਿਹੜਾ ਹੈ ਉਹ ਰਾਜਨੀਤੀ ਨੂੰ ਸ਼ੁੱਧ ਕਰਨ ਵਾਸਤੇ ਉਹਦੇ ਵਿੱਚ ਕੁੱਦਣਾ ਪਏਗਾ, ਅਤੇ ਉਹਦੇ ਵਾਸਤੇ ਪ੍ਰਯਾਸ ਕਰਨੇ ਪੈਣਗੇ। ਜਿੰਨੀ ਮਾਲਕ ਨੇ ਸਮਰੱਥਾ ਦਿੱਤੀ ਹੋਏਗੀ ਉਹਨੂੰ ਸ਼ੁੱਧ ਕਰਨ ਦੇ ਪ੍ਰਯਾਸ ਕਰਾਂਗੇ। ਅਤੇ ਅਸੀਂ ਭਾਰਤੀ ਜਨਤਾ ਨੂੰ ਇਹ ਕਹਿ ਕੇ ਚੱਲ ਰਹੇ ਹਾਂ ਕਿ ਇਹ ਧਰਮ ਯੁੱਧ ਹੈ, ਚੰਗੇ ਬੰਦੇ ਅੱਗੇ ਆਓ, ਇਮਾਨਦਾਰ ਬੰਦੇ ਅੱਗੇ ਆਓ। ਬੇਈਮਾਨਾਂ ਦੀ ਰਾਜਨੀਤੀ ਕਿਉਂ ਹੋ ਰਹੀ ਹੈ, ਪੈਸੇ ਵਾਲਿਆਂ ਦੀ ਰਾਜਨੀਤੀ ਕਿਉਂ ਹੋ ਰਹੀ ਹੈ? ਰਾਜਨੀਤੀ ਜਿਹੜਾ ਹੈ ਉਹ ਦੇਸ਼ ਨੂੰ ਚਲਾਉਣ ਵਾਸਤੇ, ਸਾਰੀ ਜਨਤਾ ਸੁਖੀ ਰਹੇ ਉਸ ਵਾਸਤੇ ਹੁੰਦੀ ਹੈ, ਨਾ ਕਿ ਇਸ ਵਾਸਤੇ ਹੁੰਦੀ ਹੈ ਕਿ ਸਾਰਾ ਪੈਸਾ ਜਿਹੜਾ ਹੈ ਉਹ ਕੁਛ ਆਪਣੇ ਮਿੱਤਰਾਂ ਕੋਲ ਇਕੱਠਾ ਕਰ ਦਿਓ, ਅਤੇ ਅਮੀਰ ਹੋਰ ਅਮੀਰ ਹੁੰਦਾ ਰਹੇ, ਗਰੀਬ ਹੋਰ ਗਰੀਬ ਹੁੰਦਾ ਰਹੇ। ਅਤੇ ਜਦੋਂ ਕਰਜ਼ਾ ਮਾਫੀ ਦੀ ਗੱਲ ਆ ਜਾਵੇ, ਉਹ ਬੈਂਕਾਂ ਦਾ ਪੈਸਾ ਵੀ ਉਹਨਾਂ ਪੂੰਜੀਪਤੀਆਂ ਨੂੰ ਜਿਹੜੇ ਪਹਿਲਾਂ ਹੀ ਅਮੀਰ ਨੇ ਉਹਨਾਂ ਕੋਲ ਲੁਟਾ ਦਿੱਤਾ ਜਾਵੇ, ਜਿਹਨੂੰ ਆਪਾਂ ਕਰਜ਼ਾ ਮਾਫੀ ਕਹਿ ਦਿੰਦੇ ਹਾਂ। ਅਤੇ ਜਿਹੜਾ ਆਮ ਲੋਕ ਹੈ ਉਹ ਰੋਟੀ ਤੋਂ ਹੀ ਤੰਗ ਹੈ, ਜਿਹੜੇ ਕਰਜ਼ੇ 'ਚ ਮਰ ਰਹੇ ਨੇ ਉਹਨਾਂ ਦੀ ਕੋਈ ਮਾਫੀ ਨਹੀਂ ਹੈ। ਅਤੇ ਇਸ ਕਰਕੇ ਰਾਜਨੀਤੀ ਨੂੰ ਸ਼ੁੱਧ ਕਰਨ ਵਾਸਤੇ ਅਸੀਂ ਜਿਹੜਾ ਹੈ ਉਹ ਪਾਰਟੀ ਬਣਾਈ ਹੈ, ਸੰਯੁਕਤ ਸੰਘਰਸ਼ ਪਾਰਟੀ। ਅਤੇ ਆਟੋ ਜਿਹਨੂੰ ਕਹਿੰਦੇ ਟੈਂਪੂ, ਉਹਦਾ ਨਿਸ਼ਾਨ ਹੈ 3-ਵੀਲਰ। ਅਤੇ ਹਰਿਆਣੇ ਦੇ ਵਿੱਚ ਜਿਹੜਾ ਹੈ ਅਸੀਂ ਅਗਲਾ ਇਲੈਕਸ਼ਨ ਲੜਨਾ ਹੈ, ਅਤੇ ਅੱਜ ਹਰਿਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਅਤੇ ਅੱਜ ਤੋਂ ਆਪਣੀ ਕਾਰਵਾਈ ਜਿਹੜਾ ਉਹ ਸ਼ੁਰੂ ਕਰਾਂਗੇ। ਪਾਰਟੀ ਦਾ ਮੁੱਖ ਮੁੱਦਾ ਕੀ ਹੋਵੇਗਾ, ਤੁਹਾਨੂੰ ਕਿਹੜਾ ਲੱਗਦਾ ਕਿ ਮੁੱਦਾ ਹੱਲ ਹੋਣਾ? ਦੇਖੋ, ਪਾਰਟੀ ਦੇ ਮੁੱਖ ਮੁੱਦੇ ਮੈਂ ਤੁਹਾਨੂੰ ਦੱਸ ਹਟਿਆ ਵਾਂ ਕਿ ਵੀ ਜਿਹੜੀ ਮੇਜ਼ਰ ਗੱਲ ਹੈ, ਮੇਜ਼ਰ ਗੱਲ ਤਾਂ ਇਹ ਹੈ ਕਿ ਵੀ ਆਮ ਜਿਹੜੀ ਜਨਤਾ, ਜਿਵੇਂ ਮੈਂ ਦੱਸ ਹਟਿਆ ਵਾਂ ਕਿ ਵੀ 23 ਕਰੋੜ ਲੋਕ
ਅਤੇ ਇਸ ਤਰ੍ਹਾਂ ਦੇ ਹੋ ਗਏ ਨਾ ਜਿਹਨੂੰ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ। ਅੱਜ 33 ਕਿਸਾਨ ਕਰਜ਼ੇ ਦੇ ਵਿੱਚ ਰੋਜ਼ਾਨਾ ਸੁਸਾਈਡ ਕਰਦੇ ਨੇ। ਕਰਜ਼ਾ ਮਾਫ਼ ਹੁੰਦਾ ਅੰਬਾਨੀ ਅਡਾਨੀ ਵਰਗਿਆਂ ਦਾ, ਬੜੇ ਲੋਕਾਂ ਦਾ, ਅਤੇ ਉਹ ਚੀਜ਼ਾਂ ਨੂੰ ਮਤਲਬ ਜਿਹੜਾ ਪੈਸੇ ਦਾ ਬਹਾਵ ਹੈ ਉਹ ਥੱਲੜੇ ਪਾਸੇ ਆਏ, ਆਮ ਜਨਤਾ ਨੂੰ ਸੁਵਿਧਾ ਮਿਲੇ, ਨਾ ਕਿ ਸਾਰਾ ਪੈਸਾ ਬੜੇ ਲੋਕਾਂ ਕੋਲ ਜਾਏ। ਮੇਜ਼ਰ ਗੱਲ ਤਾਂ ਇਹ ਹੁੰਦੀ ਹੈ ਦੇਸ਼ ਦਾ ਕਿਸਾਨ ਸੁਖੀ ਰਹੇ, ਦੇਸ਼ ਦਾ ਮਜ਼ਦੂਰ ਸੁਖੀ ਰਹੇ, ਦੇਸ਼ ਦਾ ਦੁਕਾਨਦਾਰ ਸੁਖੀ ਰਹੇ, ਯਾਨੀ ਰਹਿਣ ਦਾ, ਖਾਣ ਦਾ, ਇਲਾਜ ਦਾ। ਹੁਣ ਤੁਸੀਂ ਦੇਖੋ ਇੱਥੇ ਸ਼ਿਕਸ਼ਾ ਦਾ ਜਿਹੜੀ ਹੈ ਉਹ ਵਪਾਰੀਕਰਨ ਹੋ ਗਿਆ, ਸਿੱਖਿਆ ਜਿਹੜੀ ਹੈ ਉਹ ਬਿਜ਼ਨਸ ਬਣ ਗਿਆ, ਇੱਥੇ ਇਲਾਜ ਬਿਜ਼ਨਸ ਬਣ ਗਿਆ। ਇਹ ਚੀਜ਼ਾਂ ਬਿਜ਼ਨਸ ਨਹੀਂ ਹੁੰਦੀਆਂ, ਇਲਾਜ ਤਾਂ ਸਭ ਨੇ ਕਰਾਉਣਾ ਹੈ, ਅਤੇ ਜੇ ਇਲਾਜ ਦਾ ਬਿਜ਼ਨਸ ਕਰਤਾ ਤਾਂ ਹੁਣ ਤਾਂ ਦੇਖੋ ਬਿਮਾਰ ਕਰ ਕਰਕੇ ਪੈਸੇ ਲੈ ਰਹੇ ਨੇ। ਅਤੇ ਇਹ ਬੜੇ ਇੱਕ ਸੁਧਾਰ ਕਰਨ ਦੀ ਦੇਸ਼ ਦੇ ਵਿੱਚ ਲੋੜ ਹੈ, ਇੱਕ ਆਰਥਿਕ ਆਜ਼ਾਦੀ ਦੀ ਲੜਾਈ ਹੈ। ਇੱਕ ਆਪਣੀ ਆਜ਼ਾਦੀ ਦੀ ਲੜਾਈ ਸੀ ਜਦੋਂ ਅੰਗਰੇਜ਼ਾਂ ਤੋਂ ਰਾਜ ਹੋਇਆ, ਅਤੇ ਦੂਜੀ ਹੈ ਆਰਥਿਕ ਆਜ਼ਾਦੀ ਦੀ ਲੜਾਈ ਕਿ ਬੜੇ ਲੋਕਾਂ ਨੇ ਛੋਟੇ ਲੋਕਾਂ ਨੂੰ ਕੰਗਾਲ ਕਰਕੇ ਆਪਣਾ ਗੁਲਾਮ ਬਣਾ ਲਿਆ। ਪੰਜਾਬ ਦੇ ਵਿੱਚ ਜਿਹੜੀ ਅੱਗੇ ਚੋਣਾਂ, ਜਿਹੜੀ ਜੀਵਨੀ ਚੋਣਾਂ ਹੈ ਚਾਰ, ਉਹਨਾਂ 'ਚ ਅਸੀਂ ਆਪਣੇ ਬੰਦੇ ਖੜ੍ਹੇ ਕਰਾਂਗੇ, ਅਤੇ ਉਦੋਂ ਅੱਗੇ ਜਿਹੜੇ ਵੀ ਇਲੈਕਸ਼ਨ ਆਉਣਗੇ ਉਹਨਾਂ 'ਚ ਹਿੱਸਾ ਲਿਆ।